ਅਤੇ ਮੈਂ ਇਹ ਸਮਝਦਾ ਕਿ ਸਿੱਧੂ ਮੂਸੇਵਾਲਾ ਜਿਹੜਾ ਉਹਦੇ ਪਰਿਵਾਰ ਨੂੰ ਨਜਾਇਜ਼ ਪਰੇਸ਼ਾਨ ਕੀਤਾ ਜਾ ਰਿਹਾ ਔਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਇਹ ਦੂਸਰਾ ਕੰਮ ਫਿਰ ਕਰਨ ਲੱਗਿਆ ਇਸ ਤਰ੍ਹਾਂ ਦਾ। ਇਹਦੇ 'ਚ ਹੰਕਾਰ ਨਹੀਂ ਹੁੰਦਾ, ਆਪਣੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦਿਆਂ ਨੂੰ ਜ਼ਰੂਰ ਹਦਾਇਤ ਕਰਨ ਮੁੱਖ ਮੰਤਰੀ ਕਿ ਉਹਨਾਂ ਨੂੰ ਜਦੋਂ ਸੁਵਿਧਾ ਹੋਵੇ ਉਸ ਮੁਤਾਬਕ ਜਾਣਕਾਰੀ ਲਈ ਜਾਵੇ, ਨਾ ਕਿ ਇਸ ਤਰ੍ਹਾਂ ਭਾਰਤ ਸਰਕਾਰ ਦੇ ਹੈਲਥ ਮਿਨਿਸਟਰੀ ਨੇ ਇੱਕ ਪੱਤਰ ਲਿਖਿਆ ਪੰਜਾਬ ਸਰਕਾਰ ਨੂੰ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਜਿਨ੍ਹਾਂ ਨੇ ਹੁਣੇ ਹੀ IVF ਦੇ ਥਰੂ ਬੱਚੇ ਦਾ ਜਨਮ ਹੋਇਆ ਉਸ ਪ੍ਰੋਸੀਜਰ ਨਾਲ, ਔਰ ਉਸ ਉਹਨਾਂ ਦੀ ਹੈਲਥ ਦੇ ਬਾਰੇ ਜਾਣਕਾਰੀ ਲਈ ਜਾਵੇ। ਉਹ ਅਜੇ ਹੋਸਪਿਟਲ 'ਚ ਹੀ ਹੈ ਬੱਚਾ, ਅਤੇ ਮੈਂ ਇਹ ਸਮਝਦਾ ਕਿ ਸਿੱਧੂ ਮੂਸੇਵਾਲਾ ਜਿਹੜਾ ਉਹਦੇ ਪਰਿਵਾਰ ਨੂੰ ਨਜਾਇਜ਼ ਪਰੇਸ਼ਾਨ ਕੀਤਾ ਜਾ ਰਿਹਾ। ਉਹਦੇ ਪਿਤਾ ਜੀ ਕਹਿੰਦੇ ਆ ਕਿ ਮੈਂ ਜਾਣਕਾਰੀ ਦੇਣ ਨੂੰ ਤਿਆਰ ਹਾਂ, ਪਰ ਮੈਨੂੰ ਹੋਸਪਿਟਲ 'ਚੋਂ ਪਹਿਲਾਂ ਛੁੱਟੀ ਤਾਂ ਹੋ ਲੈਣਗੇ, ਬੱਚੇ ਦੀ ਟ੍ਰੀਟਮੈਂਟ ਜੋ ਹੋ ਰਹੀ ਹੈ ਉਹਦੇ 'ਚ ਡਿਸਟਰਬ ਨਾ ਕਰੋ। ਤਾਂ ਇਸ ਕਰਕੇ ਇਹ ਜਿਸ ਤਰ੍ਹਾਂ ਪਰੇਸ਼ਾਨ ਕੀਤਾ ਜਾ ਰਿਹਾ, ਲੱਗਦਾ ਕਿ ਜਿਸ ਤਰ੍ਹਾਂ ਪਹਿਲਾਂ ਅਸੀਂ ਸਾਰਿਆਂ ਨੇ ਕਿਹਾ ਕਿ ਜਿਹੜੀ ਸਿਕਿਉਰਿਟੀ ਆ ਉਸ ਦੀ ਜਾਣਕਾਰੀ ਜਨਤਕ ਨਾ ਕੀਤੀ ਜਾਵੇ, ਇਹਨਾਂ ਨੇ ਉਹ ਜਨਤਕ ਜਾਣਬੁੱਝ ਕੇ ਕੀਤੀ, ਧੱਕੇ ਨਾਲ ਕੀਤੀ, ਹੰਕਾਰ ਨਾਲ ਕੀਤੀ, ਔਰ ਉਹਦੇ 'ਚ ਉਸ ਨੂੰ ਸਿਕਿਉਰਿਟੀ ਰਿਸਕ ਹੋਇਆ ਔਰ ਉਹ ਮਾਰਿਆ ਗਿਆ ਅਤੇ ਉਹਦੀ ਹੱਤਿਆ ਹੋ ਗਈ। ਔਰ ਮੈਂ ਸਮਝਦਾ ਇਹ ਬੜੀ ਮੰਦਭਾਗੀ ਗੱਲ ਆ। ਔਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਇਹ ਦੂਸਰਾ ਕੰਮ ਫਿਰ ਕਰਨ ਲੱਗਿਆ ਇਸ ਤਰ੍ਹਾਂ ਦਾ। ਇਹਦੇ 'ਚ ਹੰਕਾਰ ਨਹੀਂ ਹੁੰਦਾ, ਆਪਣੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦਿਆਂ ਨੂੰ ਜ਼ਰੂਰ ਹਦਾਇਤ ਕਰਨ ਮੁੱਖ ਮੰਤਰੀ ਕਿ ਉਹਨਾਂ ਨੂੰ ਜਦੋਂ ਸੁਵਿਧਾ ਹੋਵੇ ਉਸ ਮੁਤਾਬਕ ਜਾਣਕਾਰੀ ਲਈ ਜਾਵੇ, ਨਾ ਕਿ ਇਸ ਤਰ੍ਹਾਂ ਉਹ ਹੋਸਪਿਟਲ 'ਚ ਨੇ ਅਤੇ ਉੱਥੇ ਇਲਾਜ ਚੱਲ ਰਿਹਾ ਜੇ ਅਤੇ ਉਹਨੂੰ ਤੰਦਰੁਸਤ ਹੋ ਕੇ ਆਉਣ ਤੋਂ ਬਾਅਦ ਉਹ ਜਾਣਕਾਰੀ ਲਈ ਜਾਵੇ। ਇਹ ਅਸੀਂ ਪ੍ਰਾਰਥਨਾ ਕਰਦੇ ਹਾਂ, ਇਸ ਤਰ੍ਹਾਂ ਨਜਾਇਜ਼ ਪਰੇਸ਼ਾਨ ਨਾ ਕੀਤਾ ਜਾਵੇ।